ਜੀ ਗਾਇਸ 696 ਲੀਟਰ ਪਿਆ ਆ ਜੀ ਦੋਨੇ ਟੈਂਕ ਦੇ ਵਿੱਚ ਤੇ ਹੁਣ ਆਪਾਂ ਭਰਦੇ ਪਏ ਆ ਡੈਪੋ ਓ ਯੰਗਾ ਵਿੱਚ ਏ ਜੀ ਆਉਂਦੀ ਮਿੱਠੀਏ ਤੇ ਲੈ ਜੜਾ ਤੂੰ ਆਉਂਦਾ ਤੇਰਾ ਯਾਰ ਨਹੀਂ ਯੰਗਾ ਵਿੱਚ ਏ ਜੀ ਆਉਂਦੀ ਮਿੱਠੀਏ ਤੇ ਲੈ ਜੜਾ ਤੂੰ ਆਉਂਦਾ ਤੇਰਾ ਯਾਰ ਨਹੀਂ ਆਪਾਂ ਹੈਗੇ ਹਾਂ ਅੱਜ ਐਡਮਿੰਟਨ 'ਚ ਅਤੇ ਆ ਆ ਟਰੱਕ ਸਟੋਪ ਐਸ ਓ ਵਾਲਿਆਂ ਦਾ ਟਰੱਕ ਸਟੋਪ ਆ ਅਤੇ ਆਹ ਜੀ ਫਿਊਲ ਅਪ ਕਰਨ ਲਈ ਟਰੱਕ ਦੇ ਦੋ ਟੈਂਕ ਹੁੰਦੇ ਆ ਇੱਕ ਪੈਸੈਂਜਰ ਸਾਈਡ ਅਤੇ ਇੱਕ ਡਰਾਈਵਰ ਸਾਈਡ ਆ ਡਰਾਈਵਰ ਸਾਈਡ ਵਾਲਾ ਉਹ ਪੈਸੈਂਜਰ ਸਾਈਡ ਵਾਲਾ ਆ ਟ੍ਰੇਲਰ ਜਿਹੜਾ ਆ ਰੀਫਰ ਵਾਲਾ ਟ੍ਰੇਲਰ ਆ ਅਤੇ ਟ੍ਰੇਲਰ ਦਾ ਜਿਹੜਾ ਟੈਂਕ ਹੁੰਦਾ ਆ ਉਹ ਆਹ ਵਾਲਾ ਹੁੰਦਾ ਆ ਟੂ 200 ਲੀਟਰ ਦੇ ਗਰੀਬ ਇਹਦੇ ਵਿੱਚ ਵੀ ਆ ਹੁੰਦਾ ਫਿਲਹਾਲ ਤਾਂ ਫੁੱਲ ਹੀ ਆਹ ਵੀ ਅਤੇ ਟਰੱਕਾਂ 'ਚ ਇੱਕ ਡੈਫ ਵੀ ਪੈਂਦਾ ਆ ਉਹ ਇੱਥੇ ਪੈਂਦਾ ਆ ਜੀ ਡੈਫ ਕਹਿੰਦੇ ਇਹਨੂੰ ਡੀਜ਼ਲ ਐਗਜ਼ੋਸਟ ਫਲੂਇਡ ਉਹ ਥੋੜ੍ਹਾ ਐਮਿਸ਼ਨਸ ਦੇ ਲਈ ਹੈਲਪਫੁਲ ਹੁੰਦਾ ਆ ਐਮਿਸ਼ਨ ਇੰਨੀ ਨਹੀਂ ਛੱਡਦਾ ਵੀ ਆ ਜੀ ਇਹਨਾਂ ਦੀ ਮਸ਼ੀਨ ਅਤੇ ਆਹ ਹੈਗੇ ਜੀ ਆਪਣੇ ਫਲੀਟ ਕਾਰਡਸ ਬਹੁਤ ਸਿੰਪਲ ਆ ਇਹਦੇ ਵਿੱਚ ਸਵਾਈਪ ਕਰੋ ਅਤੇ ਕੱਢ ਲਿਓ ਹੁਣ ਇੰਨੇ ਰਿਸਿਪਟ ਲਓਗੇ ਯੈਸ ਯੂਨਿਟ ਨੰਬਰ ਆਪਣਾ ਟਾਈਪ ਕਰ ਦਿਓ ਜਿਹੜਾ ਵੀ ਤੁਹਾਡੇ ਯੂਨਿਟ ਆ ਓਡੋਮੀਟਰ ਵੀ ਟਾਈਪ ਕਰ ਸਕਦੇ ਹੋ ਡਰਾਈਵਰ ਨੰਬਰ ਕਰ ਦਿਓ ਜੀ ਟਾਈਪ ਉਹ ਦੱਸ ਨਹੀਂ ਸਕਦੇ ਅਤੇ ਆਹ ਹਸਕੀ ਦੇ ਰਿਵਾਰਡ ਕਾਰਡ ਹੁੰਦੇ ਆ ਇੱਦਾਂ ਹੁੰਦਾ ਕਿ ਜੇਕਰ ਤੁਸੀਂ ਫਿਊਲ ਅਪ ਕਰਦੇ ਹੋ ਅਤੇ ਨਾਲ ਤੁਹਾਨੂੰ ਰਿਵਾਰਡ ਵੀ ਮਿਲਦੇ ਆ ਕਿ ਤੁਸੀਂ ਫਿਊਲ ਅਪ ਕਰਦੇ ਹੋ ਇਹਦੇ ਵਿੱਚ ਪੈਸੇ ਜੁੜ ਜਾਂਦੇ ਆ ਆਹ ਹੁੰਦਾ ਇਹਨਾਂ ਦਾ ਰਿਵਾਰਡ ਕਾਰਡ ਅਤੇ ਬਸ ਹੁਣ ਆਪਾਂ ਫਿਊਲ ਅਪ ਕਰ ਲੈਣਾ ਤੁਹਾਨੂੰ ਰੱਖਦੇ ਹਾਂ ਇੱਥੇ ਆਪਾਂ ਵਧੀਆ ਆ ਅੱਜ ਰੀਫਰ ਨਹੀਂ ਚੱਲਦਾ ਪਿਆ ਨਹੀਂ ਤਾਂ ਰੀਫਰ ਵੀ ਤੰਗ ਕਰਦਾ ਆ ਕਦੇ ਕਦਾਰ ਸ਼ੋਰ ਬਹੁਤ ਕਰਦਾ ਕਿੱਥੇ ਰੱਖੀਏ ਯਾਰ ਸਾਡੇ ਹੁੰਦੇ ਆ ਤਾਂ ਅੱਖਾਂ ਵੀ ਨਹੀਂ ਕੱਢਦੇ ਹੀਰੋ ਬਣ ਗਏ ਆ ਮੇਰੀ ਐ ਬਸੈਂਸ ਤੇ ਉਹ ਪੰਪਾਂ ਵਿੱਚ ਆ ਕੇ ਸਾਲੇ ਉੱਡਦੇ ਮੈਂ ਪੰਪ ਐਕਸ਼ ਨਹੀਂ ਚੜਾਈ ਤਾਂ ਲਸੰਸ ਤੇ ਛੋਏ ਪੈਂਦੀਆਂ ਨੇ ਧੋਖੇੜਾ ਕੋਈ ਚਾਂਸ ਨਹੀਂ ਆ ਓ ਜੱਟ ਦੀ ਮਸ਼ੂਕ ਕੋਈ ਨਾਰ ਨਹੀਂ ਓ ਯੰਗਾਂ ਵਿੱਚ ਏ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੂ ਆਉਂਦਾ ਤੇਰਾ ਯਾਰ ਨਹੀਂ ਯੰਗਾਂ ਵਿੱਚ ਏ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੂ ਆਉਂਦਾ ਤੇਰਾ ਯਾਰ ਨਹੀਂ ਆਪਾਂ ਚਮਕਾ ਦਿੱਤੇ ਆ ਵਧੀਆ ਨਾਲ ਆਪਾਂ ਲਾਈਟਾਂ ਵੀ ਕਰ ਲਈਆਂ ਸਾਫ਼ ਆ ਵੀ ਬਹੁਤ ਗੰਦੀਆਂ ਸੀਗੀਆਂ ਸਨੋਅ ਲੱਗ ਕੇ ਫਿਰ ਸਨੋਅ ਦੇ ਨਾਲ ਬਜਰੀ ਵੀ ਪਾਈ ਹੁੰਦੀ ਆ ਰੋਡ 'ਤੇ ਗਾਰਾ ਫਿਰ ਬਹੁਤ ਗੰਦਾ ਕਰਦਾ ਆ ਟਰੱਕ ਨੂੰ ਆਹ ਹੁੰਦਾ ਜੀ ਫਲੈਟ ਬੈਡ ਪਿੱਛੇ ਟੈਂਕਰ ਖੜਾ ਆ ਆਹ ਫਲੈਟ ਬੈਡ ਉਹ ਝੰਡਾ ਕਨੇਡਾ ਦਾ ਟਰੱਕ 'ਚ ਫਿਊਲ ਪੂਰਾ ਸੂਰਾ ਹੀ ਆ ਅਤੇ ਅੱਜ ਮੈਨੂੰ ਲੱਗਦਾ 700-800 ਲੀਟਰ ਦੇ ਗਰੀਬ ਤਾਂ ਪੈ ਹੀ ਜਾਣਾ ਆ ਪਹਿਲਾਂ ਆਹ ਭਰੂਗਾ ਫਿਰ ਉਹ ਵਾਲਾ ਟੈਂਕ ਭਰੂਗਾ ਉਹ ਪੰਪ ਦੂਜੇ ਟੈਂਕ ਲਈ ਆ ਫਿਊਲ ਦੇ ਨਾਲ ਨਾਲ ਇੱਕ ਵਾਰੀ ਨਾ ਆਪਾਂ ਸਰਕਲ ਚੈੱਕ ਵੀ ਕਰ ਲੈਂਦੇ ਹਾਂ ਕਿ ਕੁਝ ਪ੍ਰੋਬਲਮ ਤਾਂ ਨਹੀਂ ਆ ਆਹ ਵੀ ਟੈਂਕਰ ਆ ਜੀ ਇਹਨੂੰ ਕਹਿੰਦੇ ਸੁਪਰ ਵੀ ਬਹੁਤ ਵਧੀਆ ਟਰੱਕ ਆ ਕੇ ਤੁਹਾਨੂੰ ਦਿਖਾਉਂਦੇ ਹਾਂ ਪੀਟਰਬਿਲਟ ਆ ਉਹ ਆਹ ਦੇਖੋ ਜੀ ਆਹ ਖੜਾ ਆ ਕੈਨਵਰਥ W900 ਆਹ ਵੀ ਬਹੁਤ ਵਧੀਆ ਵਧੀਆ ਬਹੁਤ ਅੱਛੀ ਟਰੱਕ ਕੰਪਨੀ ਆ ਪੀਟਰਬਿਲਟ ਅਤੇ ਕੈਨਵਰਥ ਕਹਿ ਲਓ ਸਿਸਟਰ ਕੰਪਨੀਜ਼ ਹੀ ਨੇ ਉਹ ਇੰਟਰਨੈਸ਼ਨਲ ਆ ਆਪਣੇ ਵਾਲਾ ਫਰੇਟ ਲਾਈਨਰ ਆ ਅਤੇ ਆਹ ਖੜਾ ਆ ਜੀ ਪੀਟਰਬਿਲਟ ਜਿਹੜਾ ਸੁਪਰ ਵੀ ਦੇ ਨਾਲ ਲੱਗਿਆ ਹੋ ਗਿਆ ਜੀ ਆਪਣਾ ਫਿਊਲ ਅਪ ਅਤੇ ਹੁਣ ਆਪਾਂ ਚੱਲੀਏ ਸਰੀ ਨੂੰ ਕਹਿੰਦੇ ਮੌਸਮ ਮੂਸਮ ਖਰਾਬ ਆ ਜਾਂ ਨਾਲ ਜਿਹੜਾ ਕੈਨਵਰਥ ਵਾਲਾ ਖੜਾ ਸੀ ਉਹੀ ਦੱਸਦਾ ਸੀ ਮੈਨੂੰ ਤਾਂ ਦੇਖੋ ਬਾਕੀ ਆਪਾਂ ਚੈੱਕ ਚੁੱਕ ਕਰ ਲੈਂਦੇ ਹਾਂ ਅਤੇ ਹੁਣ ਲਈਏ ਜੀ ਗੇਅਰ ਸਰੀ ਨੂੰ ਨਾਲ ਫਿਰ ਤੁਹਾਨੂੰ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਆ ਤੁਸੀਂ ਦੇਖਿਓ ਨਾਲ ਸਾਨੂੰ ਦੱਸਿਓ ਕੀ ਚਾਹੁੰਦੇ ਹੋ ਦੇਖਣਾ ਆਪਾਂ ਉਹੀ ਬਣਾਵਾਂਗੇ ਅਤੇ ਮਿਲਦੇ ਆ ਜੀ ਓ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ
ਚੋਂ ਆਉਂਦਾ ਤੇਰਾ ਯਾਰ ਨਹੀਂ।